18 ਫਰਵਰੀ 2024 ਨੂੰ ਮੈਂ ਆਪਣੇ ਮਿੱਠੂ ਨੂੰ ਡਾਕਟਰ ਤੋਂ ਲੈ ਕੇ ਆਈ, ਫਿਰ ਮੈਂ ਦਵਾਈ ਬੰਦ ਕਰਤੀ। ਦੈਨ ਮਾਰਚ ਵਿੱਚ ਜਦੋਂ ਬਰਥਡੇ ਮਨਾਇਆ ਮਿੱਠੂ ਦਾ, ਉਸ ਤੋਂ ਬਾਅਦ ਮੈਂ ਮਿੱਠੂ ਨੂੰ ਦੇਖਿਆ ਵੀ ਇਹ ਢਿੱਲਾ, ਬੋਲ ਨਹੀਂ ਰਿਹਾ। ਨਹੀਂ, ਬੋਲ ਵੀ ਰਿਹਾ ਸੀ, ਖਾ ਵੀ ਰਿਹਾ ਸੀਗਾ, ਨੋ ਡਾਊਟ। ਇਹਨੇ ਖਾਣਾ ਵੀ ਨਹੀਂ ਬੰਦ ਕੀਤਾ, ਬੋਲਣਾ ਵੀ ਨਹੀਂ ਬੰਦ ਕੀਤਾ। ਲਗਾਤਾਰ ਮੈਂ ਲਾਈਵ ਵੀ ਪਾਈਆਂ, 3-4 ਦਿਨ ਪਹਿਲੇ ਮੈਂ ਲਾਈਵ ਹੋ ਕੇ ਪਾਈਆਂ। ਉਦੋਂ 4 ਦਿਨ ਪਹਿਲੇ ਮਾਰਚ ਨੂੰ ਮਿੱਠੂ ਮੇਰਾ ਢਿੱਲਾ ਪੈ ਗਿਆ ਸੀ, ਦੋਨੋਂ ਹੀ ਸੁੱਤੇ ਹੋਏ ਸੀਗੇ। ਮੈਨੂੰ ਕਿੱਦਾਂ ਪਤਾ ਲੱਗਣਾ ਸੀ ਵੀ ਮਿੱਠੂ ਨੂੰ ਕੋਈ ਪ੍ਰੋਬਲਮ ਹੈ? ਮੈਂ ਸੋਚਿਆ ਬੁਖਾਰ ਹੋਣਾ ਅਤੇ ਸ਼ਾਇਦ ਫੀਵਰ ਹੈ, ਤਾਂ ਕਰਕੇ ਰੈਸਟ ਕਰ ਰਿਹਾ। ਵੈਦਰ ਵੀ ਚੇਂਜ ਹੋ ਰਿਹਾ ਸੀਗਾ ਉਦੋਂ ਮਾਰਚ ਵਿੱਚ, ਅਤੇ ਮੈਂ ਕਿਹਾ ਸ਼ਾਇਦ ਵੈਦਰ ਕਰਕੇ ਹੋ ਰਿਹਾ ਹੋਣਾ, ਕਿਉਂਕਿ ਹੁਣ ਇਹਨਾਂ ਦਾ ਮੋਲਟਿੰਗ ਪੀਰੀਅਡ ਸ਼ੁਰੂ ਹੋ ਜਾਂਦਾ ਅਤੇ ਵੈਦਰ ਕਰਕੇ ਫੈਦਰ ਵੀ ਇਹਨਾਂ ਦੇ ਝੜ ਰਹੇ ਸੀਗੇ। ਸੋ ਮੈਂ ਸੋਚਿਆ ਫੀਵਰ ਹੋਣਾ, ਮੈਂ ਇਹਨੂੰ ਰੈਸਟ ਕਰਨ ਦਿੰਦੀ ਹਾਂ। 30 ਤਰੀਕ ਦਾ ਦਿਨ ਦੇਖਿਆ, ਅਗਲੇ ਦਿਨ 24 ਨੂੰ ਫਿਰ ਇਹ ਸਾਰਾ ਦਿਨ ਸੁੱਤਾ ਰਿਹਾ। 24 ਨੂੰ ਫਿਰ ਮੈਂ, ਸੰਡੇ ਸੀਗਾ, ਮੈਂ ਬਹੁਤ ਜ਼ਿਆਦਾ ਔਖੀ ਆਯੁਰਵੈਦਿਕ ਨੈੱਟ 'ਤੇ ਯੂਟਿਊਬ 'ਤੇ ਸਰਚ ਕਰਕੇ ਇੱਕ ਮੈਡੀਸਨ ਲੈ ਕੇ ਆਈ, ਹਿਮਾਲਿਆ ਦੀ ਸੀ ਫੀਵਰ ਦੀ। ਫਿਰ ਮੈਂ ਉਹਨੂੰ 2 ਡਰੋਪ ਦਿੱਤੀਆਂ ਸਵੇਰੇ, 2 ਡਰੋਪ ਦਿੱਤੀਆਂ ਸ਼ਾਮੀ, ਫਿਰ ਵੀ ਉੱਦਾਂ ਦਾ ਉੱਦਾਂ ਸੀ। ਖਾ ਪੀ ਰਿਹਾ ਸੀ, ਬੋਲ ਵੀ ਰਿਹਾ ਸੀ ਥੋੜ੍ਹਾ ਥੋੜ੍ਹਾ, ਬਟ ਇਹ ਸੋ ਰਿਹਾ ਸੀ ਸਾਰਾ ਦਿਨ। ਦੈਨ 24 ਤੋਂ ਬਾਅਦ 25 ਨੂੰ ਜਦੋਂ ਹੋਇਆ, ਮੈਂ ਜਿਸ ਦਿਨ ਵੀਡੀਓਜ਼ ਵੀ ਪਾਈਆਂ ਸੀ ਪਲੀਜ਼ ਪ੍ਰੇ ਫੋਰ ਮਿੱਠੂ, 25 ਮਾਰਚ ਨੂੰ ਇਹ ਬਹੁਤ ਜ਼ਿਆਦਾ ਢਿੱਲਾ ਪੈ ਗਿਆ। ਬਟ ਇਹਨੂੰ ਮੈਂ ORS ਵਗੈਰਾ ਦਿੱਤਾ, ਮੈਂ ਸੋਚਿਆ ਗਰਮੀ ਨਾ ਹੋ ਗਈ ਹੋਵੇ, ORS ਦਿੱਤਾ, ਇਹਨੇ ਪੀ ਲਿਆ। ਪਾਣੀ ਵੀ ਮੈਂ ਇਹਨੂੰ ਖੁੱਲ੍ਹਾ ਦਿੱਤਾ, ਨਾਰੀਅਲ ਪਾਣੀ ਲੈ ਕੇ ਆਈ, ਉਹ ਦਿੱਤਾ। ਫਿਰ ਮੈਂ ਆਪਣੇ ਘਰਦਿਆਂ ਨਾਲ ਗੱਲ ਕੀਤੀ ਵੀ ਹੁਣ ਨਹੀਂ, 2 ਦਿਨ ਤੋਂ ਉੱਤੇ ਹੋ ਗਏ, ਹੁਣ ਮੈਂ ਇਹਨੂੰ ਡਾਕਟਰ ਕੋਲ ਲੈ ਕੇ ਜਾਂਦੀ ਹਾਂ। ਮੈਂ 25 ਨੂੰ ਇਹਨੂੰ ਡਾਕਟਰ ਕੋਲ ਲੈ ਗਈ। ਪੈਰ ਵਗੈਰਾ ਬਿਲਕੁਲ ਨੋਰਮਲ ਸੀ, ਦੇਖ ਕੇ ਬਿਲਕੁਲ ਨਹੀਂ ਕੁਛ ਲੱਗ ਰਿਹਾ ਸੀ, ਸਿਰਫ ਸੁਸਤ ਸੀਗਾ, ਐਂ ਲੱਗਦਾ ਜਿਵੇਂ ਫੀਵਰ ਹੋਵੇ, ਕੁਛ ਨਹੀਂ ਹੋਇਆ। 25 ਨੂੰ ਇਹਨੂੰ ਕੁਛ ਨਹੀਂ ਲੱਗ ਰਿਹਾ ਸੀ, ਡਾਕਟਰ ਕੋਲ ਲੈ ਕੇ ਗਈ, ਡਾਕਟਰ ਨੇ ਚੈੱਕ ਕੀਤਾ, ਉਹਨਾਂ ਨੇ ਕਿਹਾ ਵੀ ਨਹੀਂ ਬਿਲਕੁਲ ਠੀਕ ਹੈ, ਸ਼ਾਇਦ ਲੱਗਦਾ ਲੀਵਰ 'ਚ ਥੋੜ੍ਹੀ ਜਿਹੀ ਪ੍ਰੋਬਲਮ ਹੋ ਗਈ ਹੋਵੇ, ਤਾਂ ਇਹ ਸੁਸਤ ਹੈ, ਇਹਨੂੰ ਲੀਵਰ ਦੀ ਦਵਾਈ ਦਿੰਦੇ ਹਾਂ, ਲੀਵਰ ਨਾ ਕਈ ਵਾਰ ਹੋ ਜਾਂਦਾ, ਕਮਜ਼ੋਰ ਹੋ ਜਾਂਦਾ ਪੈਰਟਸ ਦਾ। ਔਰ ਡਾਕਟਰ ਨੇ ਐਕੂਰੇਟ ਮੈਡੀਸਨ ਦਿੱਤੀ ਸੀ, ਡਰੋਪਸ ਦਿੱਤੀਆਂ ਸੀਗੀਆਂ, ਕਿਉਂਕਿ ਪੈਟਸ ਦੀ ਜਿਹੜੀ ਹੈ ਨਾ ਮੈਡੀਸਨ ਨਹੀਂ ਆਉਂਦੀ ਕੋਈ ਵੀ, ਐਸ ਸੱਚ ਪੈਟਸ ਲਈ ਸਪੈਸ਼ਲ ਬਣੀਆਂ ਹੀ ਨਹੀਂ, ਡੋਗਸ ਵਾਲੀਆਂ ਹੁੰਦੀਆਂ ਨੇ ਜਾਂ ਕੈਟ ਵਾਲੀਆਂ ਹੁੰਦੀਆਂ ਜਿਹੜੀ ਆਪਾਂ ਦਵਾਈ ਦਿੰਦੇ ਹਾਂ। ਨੈਕਸਟ ਡੇ 26 ਤਰੀਕ ਨੂੰ ਇਹ ਡਾਊਨ ਹੋ ਗਿਆ। 26 ਤਰੀਕ ਦੁਪਹਿਰ ਨੂੰ ਮੈਂ ਜਦੋਂ ਦਵਾਈ ਦਿੱਤੀ, ਇਹਦੇ ਨਾਲ ਪੈਰ ਇੱਕਦਮ ਪਿੱਛੇ ਨੂੰ ਮੁੜ ਗਿਆ, ਇੱਕ ਪੈਰ ਲੈਫਟ ਵਾਲਾ ਮੁੜ ਗਿਆ। ਸਭ ਤੋਂ ਪਹਿਲੇ ਮੈਨੂੰ ਟੈਨਸ਼ਨ ਪੈ ਗਈ, ਮੈਂ ਕਿਹਾ ਕੀ ਹੋ ਗਿਆ, ਇਹ ਖੜ੍ਹਾ ਵੀ ਨਹੀਂ ਹੋ ਪਾ ਰਿਹਾ, ਬੈੱਡ 'ਤੇ ਹੀ ਮੈਂ ਇਹਨੂੰ ਬਿਠਾਈ ਰੱਖਿਆ, ਇਹਦਾ ਪੈਰ ਐਵੇਂ ਮੁੜ ਗਿਆ। ਮੈਂ ਫੋਟੋ ਨਾਲ ਅਟੈਚ ਕਰ ਲੂੰਗੀ, ਤੁਸੀਂ ਦੇਖ ਲਿਓ। ਅਤੇ ਮੈਨੂੰ ਬਹੁਤ ਜ਼ਿਆਦਾ ਦੇਖ ਕੇ ਹੁੰਦਾ ਨਾ ਕਿ ਛੋਟਾ ਪੈਰਟ ਹੈ, ਬੋਲ ਨਹੀਂ ਪਾਉਂਦਾ। ਮੈਂ ਡਾਕਟਰ ਕੋਲ ਫਿਰ ਭੱਜੀ ਵੀ ਇਹਨੂੰ ਹੋ ਕੀ ਗਿਆ, ਡਾਕਟਰ ਕਹਿੰਦਾ ਕੁਛ ਨਹੀਂ ਹੋਇਆ, ਇਹਨੂੰ ਲੀਵਰ ਦੀ ਮੈਡੀਸਨ ਦਿਓ। ਮੈਂ ਕਿਹਾ ਉਹਦੇ ਪੈਰ ਮੁੜੇ ਹੋਏ ਹੈ, ਉਹ ਕਹਿੰਦੇ ਨਹੀਂ ਲੀਵਰ ਦੀ ਮੈਡੀਸਨ ਦਿਓ, ਠੀਕ ਹੋ ਜਾਣਾ। ਅਤੇ ਸਾਰਾ ਦਿਨ ਫਿਰ ਇਹਨੇ, ਇੱਕ ਦਿਨ ਪਹਿਲੇ ਰਾਤ ਨੂੰ ਕੁਛ ਨਹੀਂ ਖਾਧਾ, ਬਟ ਮੈਂ ਇਹਨੂੰ ਥੋੜ੍ਹੀ ਜਿਹੀ ਖਿਚੜੀ ਬਣਾ ਕੇ ਦਿੱਤੀ ਸੀ, ਉਹ ਇਹਨੇ ਖਾ ਲਈ ਸੀ। ਮੈਂ ਸੋਚਿਆ ਚੱਲ ਭੁੱਖ ਲੱਗੀ ਹੋਣੀ, ਚੂਰੀ ਵੀ ਦੇ ਦਾਂ, ਮੈਂ ਥੋੜ੍ਹੀ ਜਿਹੀ ਚੂਰੀ ਵੀ ਦਿੱਤੀ, ਉਹ ਵੀ ਇਹਨੇ ਖਾਧੀ। ਅਤੇ ਇਹ ਰਾਤ ਨੂੰ ਥੱਲੇ ਸੁੱਤਾ ਰਿਹਾ ਰਾਤ ਨੂੰ ਇਹ, ਕਿਉਂਕਿ ਪਿੰਜਰੇ 'ਚ ਵੀ ਨਹੀਂ ਬੈਠ ਪਾ ਰਿਹਾ ਸੀ, ਨਾ ਚੱਲ ਪਾ ਰਿਹਾ ਸੀ, ਨਾ ਬੋਲ ਰਿਹਾ ਸੀ, ਇੱਕ ਦਿਨ ਪਹਿਲੇ ਬੋਲਣਾ ਵੀ ਬੰਦ ਹੋ ਗਿਆ। ਸੋਰੀ ਗਾਈਸ। 27 ਨੂੰ ਮੈਂ ਜਦੋਂ ਮੋਰਨਿੰਗ ਉੱਠੀ ਹਾਂ,
ਤੇ ਨੀਚੇ ਹੀ ਬੈਠਾ ਹੋਇਆ ਸੀ। ਸਤਾਈ ਨੂੰ ਜਦੋਂ ਮੈਂ ਸਵੇਰੇ ਉੱਠੀ 8 ਵਜੇ ਮੈਂ ਦੇਖਿਆ ਨੀਚੇ ਹੀ ਬੈਠਾ ਸੀ, ਬਿਲਕੁਲ ਜਿਵੇਂ ਕਹਿ ਲਓ ਸਾਹ ਹੀ ਨਹੀਂ ਹੁੰਦੇ ਇਹਦੇ ਵਿੱਚ। ਮੈਂ ਫਟਾਫਟ ਉੱਠੀ, ਬਿਨਾਂ ਬ੍ਰਸ਼ ਨਹਾਤੇ ਧੋਤੇ ਮੈਂ ਆਪਣੇ ਹਸਬੈਂਡ ਨੂੰ ਕਿਹਾ ਚਲੋ ਬਾਈਕ ਸਟਾਰਟ ਕਰੋ, ਫਟਾਫਟ ਇਹਨੂੰ ਲੈ ਕੇ ਜਾਈਏ ਡਾਕਟਰ ਕੋਲ, ਇਹਨੂੰ ਕੁਛ ਹੋਇਆ ਇਹ ਮੈਨੂੰ ਸਾਰੇ ਕਹਿਣ। ਮੈਂ ਸਿਸਟਰ ਨੂੰ ਵੀਡੀਓ ਕਾਲ ਵੀ ਕੀਤੀ ਵੀ ਦੇਖ ਇਹਨੂੰ ਕੀ ਹੋ ਗਿਆ, ਫੋਟੋ ਤੁਸੀਂ ਦੇਖ ਸਕਦੇ ਹੋ ਨਾਲ। ਉਹ ਕਹਿੰਦੀ ਨਹੀਂ ਇਹਨੇ ਨਹੀਂ ਬਚਣਾ। ਮੈਂ ਕਿਹਾ ਤੂੰ ਇੱਦਾਂ ਨਾ ਬੋਲ, ਠੀਕ ਹੋ ਜਾਊਗਾ, ਮੈਂ ਲੈ ਕੇ ਜਾਊਂਗੀ। PAU ਤੁਹਾਨੂੰ ਵੀ ਪਤਾ ਬਹੁਤ ਫੇਮਸ ਹੈ ਇੱਥੇ, ਅਤੇ ਆਹ ਗੱਲ ਮੈਂ ਜ਼ਰੂਰ ਤੁਹਾਨੂੰ ਦੱਸਣਾ ਚਾਹੂੰਗੀ। ਤੁਸੀਂ ਵੀ ਜਿਹੜਾ ਵੀ ਇਹ ਵੀਡੀਓ ਦੇਖ ਰਿਹਾ ਉਹ ਇਨ ਫਿਊਚਰ ਯਾਦ ਰੱਖੇ ਵੀ ਅੱਜ ਤੋਂ ਬਾਅਦ PAU ਕਦੀ ਨਾ ਲਾਓ। ਡੋਗ ਲਈ ਹੈ PAU, ਮੈਂ ਲੈ ਕੇ ਗਈ ਹਾਂ 8 ਵਜੇ ਨਾਲ ਹੀ PAU ਡਾਕਟਰ ਕੋਲ ਸਿੱਧਾ ਮੈਂ ਲੈ ਕੇ ਗਈ ਹਾਂ ਵੀ ਫਟਾਫਟ ਡਾਕਟਰ ਨੂੰ। 1 ਘੰਟਾ ਮੈਨੂੰ ਲੱਗ ਗਿਆ ਜਾਣ 'ਤੇ, 1.25 ਘੰਟਾ, ਬਟ ਮਿੱਠੂ ਦੇ ਉਸ ਟਾਈਮ ਸਾਹ ਚੱਲ ਰਹੇ ਸੀ, ਮੈਂ ਨਾ ਪੂਰਾ ਬੰਨਿਆ ਹੋਇਆ ਸੀ, ਲਪੇਟਿਆ ਹੋਇਆ ਸੀ ਐਵੇਂ ਕਰਕੇ ਛਾਤੀ ਨਾਲ ਆਇਆ ਸੀ। ਮੈਂ ਜਦੋਂ ਮਿੱਠੂ ਨੂੰ ਫਿੰਗਰ ਲਗਾ ਕੇ ਦੇਖਿਆ ਉਹਨੇ ਮੇਰੇ ਬਾਈਟ ਵੀ ਕੀਤੀ, ਆ ਇੱਥੇ ਬਾਈਟ ਕੀਤੀ ਸੀਗੀ, ਹੁਣ ਤਾਂ ਨਿਸ਼ਾਨ ਹੈ ਨਹੀਂ ਗਾ। ਅਤੇ ਮੈਂ ਸਿੱਧਾ ਡਾਕਟਰ ਕੋਲ ਲੈ ਕੇ ਗਈ। ਡਾਕਟਰ ਨੇ ਮੈਨੂੰ 1 ਗੱਲ ਕਹੀ ਵੀ ਪਰਚੀ ਲੈ ਕੇ ਆਓ। ਮੈਨੂੰ ਇੰਨਾ ਜ਼ਿਆਦਾ ਮੇਰਾ ਮਨ ਕਲਪਿਆ ਵੀ ਅੱਜ ਵੀ ਇੱਥੇ ਇੰਡੀਆ 'ਚ ਇੱਦਾਂ ਦਾ ਸਿਸਟਮ ਹੈ, ਲੋਕ ਮਰਦੇ ਨੂੰ ਨਹੀਂ ਬਚਾਉਣਗੇ, ਪਹਿਲਾਂ ਕਹਿਣਗੇ ਪੈਸੇ ਕਟਾਓ ਪਰਚੀ ਕਟਾਓ ਫਿਰ ਅਸੀਂ ਦੇਖਾਂਗੇ। ਚਲੋ ਜੀ, ਉੱਤੋਂ ਦੀ ਮੈਂ ਕੈਸ਼ ਵੀ ਨਹੀਂ ਲੈ ਕੇ ਗਈ, ਮੇਰੇ ਕੋਲ ਗੂਗਲ ਪੇ ਸੀਗਾ, ਗੂਗਲ ਪੇ ਉੱਥੇ ਚੱਲਿਆ ਨਹੀਂ। ਕਿਤੋਂ ਨਾ ਕਿਤੋਂ ਮੈਂ ਅਰੇਂਜ ਕਰਕੇ ਫਟਾਫਟ ਲੋਕਾਂ ਕੋਲੋਂ ਅਰੇਂਜ ਕਰਕੇ ਪਰਚੀ ਕਟਾਈ ਅਤੇ ਮੈਂ ਲੈ ਕੇ ਆਈ। ਮੈਨੂੰ ਕਹਿੰਦੇ ਵੇਟ ਕਰੋ। ਉਹ ਡਾਕਟਰ ਨੇ, ਮੈਨੂੰ ਅੱਜ ਵੀ ਯਾਦ ਆ, ਉਹ ਡਾਕਟਰ ਨੇ ਕੀ ਕੀਤਾ, ਮਿੱਠੂ ਨੂੰ ਐਂ ਫੜ ਕੇ ਕਹਿੰਦੀ ਆਹ ਦੇਖੋ ਕਿੱਦਾਂ ਕਿੱਦਾਂ ਦੇ ਲੋਕ ਆਉਂਦੇ ਆ ਸਾਡੇ ਕੋਲ, ਕਿੱਦਾਂ ਕਿੱਦਾਂ ਦੇ ਲੈ ਕੇ ਆਉਂਦੇ ਜਾਨਵਰ। ਮੈਂ ਕਿਹਾ ਮੈਮ ਉਹਦੀ ਹਾਲਤ ਦੇਖ ਲਓ, ਤੁਸੀਂ ਉਹਨੂੰ ਚੈੱਕ ਕਰ ਲਓ, ਬਾਅਦ 'ਚ ਆ ਸਭ ਕਰ ਲਿਓ, ਐਕਸਪੈਰੀਮੈਂਟ ਬਾਅਦ 'ਚ ਕਰ ਲਿਓ। 1.5 ਘੰਟੇ ਬਾਅਦ ਜਾ ਕੇ ਉਹਨੇ ਫੀਵਰ ਚੈੱਕ ਕੀਤਾ, ਉਹਦਾ ਟੈਸਟ ਵਗੈਰਾ ਲਿਆ, ਫਿਰ ਉਹ ਮੈਡੀਸਿਨ ਵਗੈਰਾ ਲਿਖਣ ਲੱਗ ਗਈ ਸਰਚ ਕਰਕੇ, ਕਿਉਂਕਿ ਉਹਨੂੰ ਖੁਦ ਨੂੰ ਵੀ ਸੀ ਨਹੀਂ ਪਤਾ ਵੀ ਕੀ ਮੈਡੀਸਿਨ ਦੇਣੀ ਕੀ ਨਹੀਂ। ਫਿਰ ਮੈਨੂੰ ਉਹਨੇ ਜਦੋਂ 1 ਗੱਲ ਕਹੀ ਨਾ, ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ। ਮੇਰਾ ਤਾਂ ਦਿਲ ਕੀਤਾ ਉਹਨੂੰ ਉੱਥੇ ਚਪੇੜ ਮਾਰ ਕੇ ਆਵਾਂ, ਬਟ ਮੇਰਾ ਵੱਸ ਨਹੀਂ ਚੱਲਿਆ, ਮੈਂ ਮਜਬੂਰ ਸੀਗੀ। ਉਹ ਕਹਿੰਦੀ ਅਸੀਂ ਪੈਰਟਸ ਨੂੰ ਦੇਖਦੇ ਹੀ ਨਹੀਂ, ਅਸੀਂ ਡੋਗ ਦੇ ਸਪੈਸ਼ਲਿਸਟ ਹਾਂ, ਇੱਕ ਕੰਮ ਕਰੋ ਤੁਸੀਂ ਦੂਜੇ ਲੈ ਜਾਓ। ਮੈਨੂੰ ਤਾਂ ਇਹ ਸੀ ਮੇਰੇ ਮਿੱਠੂ ਦੀ ਜਾਨ ਬਚ ਜੂਗੀ, ਮੈਂ ਸਪੈਸ਼ਲਿਸਟ ਕੋਲ ਲੈ ਕੇ ਜਾਵਾਂ। ਫਿਰ ਮੈਂ ਕਿਹਾ ਨਹੀਂ, ਮੈਂ ਹੁਣ ਕਿਸੇ ਹੋਰ ਡਿਪਾਰਟਮੈਂਟ 'ਚ ਨਹੀਂ ਲੈ ਕੇ ਜਾਣਾ, ਮੈਂ ਉੱਥੇ ਲੈ ਕੇ ਜਾਊਂਗੀ ਜਿੱਥੇ ਮੈਂ ਦਿਖਾਉਂਦੀ ਸੀ ਮਿੱਠੂ ਦਾ ਟ੍ਰੀਟਮੈਂਟ ਚੱਲਦਾ ਸੀ। ਫਟਾਫਟ ਮੈਂ ਉੱਥੇ ਗਈ ਉਹ ਡਾਕਟਰ ਦੇ ਕੋਲ, ਮੈਂ ਸਿੱਧਾ ਹੀ ਵੜ ਗਈ, ਕੋਈ ਪਰਚੀ ਨਹੀਂ ਲੱਗਦੀ ਉੱਥੇ। ਉਹ ਡਾਕਟਰ ਨੇ ਸਭ ਤੋਂ ਪਹਿਲਾਂ ਮਿੱਠੂ ਨੂੰ ਲੰਮੇ ਪਾ ਕੇ ਉਹਦੇ ਸਾਹ ਚੈੱਕ ਕੀਤੇ, ਉਦੋਂ ਸਾਹ ਚੱਲ ਰਹੇ ਸੀਗੇ। ਅਤੇ ਜਦੋਂ ਮਿੱਠੂ ਨੇ ਸਾਹ ਚੱਲ ਰਹੇ ਸੀ, ਉਹਨਾਂ ਨੇ ਡਾਕਟਰ ਨੇ ਫੋਨ ਲਾਇਆ ਕਿਸੇ ਹੋਰ ਨੂੰ ਵੀ ਮਿੱਠੂ ਦੀ ਇੱਦਾਂ ਪ੍ਰੋਬਲਮ ਹੈ, ਤੁਸੀਂ ਦੱਸੋ ਕਿਹੜੀ ਮੈਡੀਸਿਨ ਉਹਨੂੰ ਦੇ ਸਕਦੇ ਹਾਂ। ਉਹ ਡਾਕਟਰ ਫੋਨ 'ਤੇ ਗੱਲ ਹੀ ਕਰ ਰਹੇ ਸੀ, ਉਹਨੇ 'ਚ ਹੀ ਜਦੋਂ ਡਾਕਟਰ ਨੇ ਹੱਥ ਲਾਇਆ, ਡਾਕਟਰ ਕਹਿੰਦੇ ਸਾਹ ਨਹੀਂ ਬਚ ਰਹੇ। ਕਹਿੰਦੇ ਉਹਨੂੰ ਆਕਸੀਜਨ ਰੂਮ 'ਚ ਲੈ ਜਾਓ। ਮੈਂ ਆਪਣੇ ਆਪ ਨੂੰ ਕਿੱਦਾਂ ਸਾਂਭਿਆ, ਮੈਂ ਆਕਸੀਜਨ ਰੂਮ 'ਚ ਲੈ ਕੇ ਗਈ, ਮੈਂ ਆਕਸੀਜਨ ਲਗਾਈ। ਮੈਂ ਕਿਹਾ ਮਿੱਠੂ ਉੱਠ ਜਾ, ਪਲੀਜ਼ ਮਿੱਠੂ ਉੱਠ ਜਾ, ਆਪਾਂ ਘਰ ਜਾਣਾ, ਮੰਮੀ ਆਉਣੀ।
ਸੌਰੀ ਗਾਈਸ, ਮੈਂ ਉਹਨੂੰ ਬਚਾ ਨਹੀਂ ਪਾਈ। ਬਟ ਉਹਦੇ ਹਾਂ ਦੋਨੇ ਪੈਰ ਮੁੜ ਗਏ ਸੀ, ਉਹਨੂੰ ਪੈਰਾਲਾਈਸਿਸ ਹੋ ਗਿਆ ਸੀ। ਡਾਕਟਰ ਨੇ ਲਿਖਿਆ ਸੀ ਇਹਨੂੰ ਪੈਰਾਲਾਈਸਿਸ ਵੀ ਹੋ ਗਿਆ ਸੀ ਅਤੇ ਥੋੜ੍ਹਾ ਜਿਹਾ ਡਿਪਰੈਸ ਵੀ ਸੀ। ਬਟ ਮੈਨੂੰ ਨਹੀਂ ਲੱਗਦਾ ਇੱਦਾਂ ਦਾ ਕੁਛ ਸੀਗਾ, ਮਿੱਠੂ ਨੂੰ ਕੋਈ ਪ੍ਰੋਬਲਮ ਨਹੀਂ ਸੀ। ਤੁਸੀਂ ਵੀ ਜਿਹੜੀ ਮੈਂ ਇਨਫੋਰਮੇਸ਼ਨ ਦਿੱਤੀ ਉੱਥੋਂ ਪਤਾ ਲੱਗ ਹੀ ਰਿਹਾ ਹੋਣਾ ਮਿੱਠੂ ਨੂੰ ਕੋਈ ਪ੍ਰੋਬਲਮ ਨਹੀਂ ਸੀ, ਬਸ ਉਹ ਵੀ ਲਿਖੀ ਹੋਈ ਸੀ। ਉਸ ਤੋਂ ਬਾਅਦ ਮੈਂ ਉਹਦਾ ਅੰਤਿਮ ਸੰਸਕਾਰ ਕੀਤਾ। ਮੈਂ ਫੋਤੋ ਕੋਲ ਨਹੀਂ ਲੈ ਕੇ ਗਈ ਕਿਉਂਕਿ ਫੀਮੇਲ ਪੈਰਟਸ ਜਿਹੜੀਆਂ ਨੇ ਉਹ ਡਿਪਰੈਸ ਹੋ ਜਾਂਦੀਆਂ। ਉਹਦੀ ਅਰਦਾਸ ਕੀਤੀ ਵੀ ਗੁਰਸਿੱਖਾਂ ਘਰੇ ਆਇਆ ਸੀਗਾ, ਉਹਨੂੰ ਵਧੀਆ ਜਨਮ ਮਿਲੇ ਗੁਰਸਿੱਖਾਂ ਘਰੇ। ਬਹੁਤ ਜ਼ਿਆਦਾ ਦੁੱਖ ਹੁੰਦਾ ਆਪਾਂ ਪੈਟਸ ਅਡੋਪਟ ਕਰ ਲੈਂਦੇ ਹਾਂ ਬਟ ਕੇਅਰ ਵੀ ਕਰ ਲੈਂਦੇ ਹਾਂ ਜਦੋਂ ਪਿਆਰ ਪੈਂਦਾ ਨਾ। ਉਸ ਤੋਂ ਬਾਅਦ ਉਹਦੀ ਦੂਰੀ ਸਹਿਣੀ ਬਹੁਤ ਔਖੀ ਹੈ। ਸੋ ਮੈਂ ਫੱਤੋ ਨੂੰ ਇੱਕ ਹਫ਼ਤਾ 10 ਦਿਨ ਆਪਣੇ ਕੋਲ ਵੀ ਰੱਖਿਆ, ਉਹਨੂੰ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ, ਇਕੱਲੀ ਫੀਲ ਨਹੀਂ ਹੋਣ ਦਿੱਤਾ। ਬਟ ਫਿਰ ਵੀ ਉਹ ਮਿੱਠੂ ਮਿੱਠੂ ਕਰਦੀ ਰਹਿੰਦੀ ਸੀ। ਫਿਰ ਮੈਂ ਅਤੇ ਮੇਰੇ ਘਰਦਿਆਂ ਨੇ ਮਿਲ ਕੇ ਡਿਸੀਜਨ ਲਿਆ ਵੀ ਅਸੀਂ ਇਹਨੂੰ ਜਿੱਥੇ ਪੈਰਟਸ ਨੇ ਨਾ ਉੱਥੇ ਛੱਡ ਆਉਣਾ, ਕਿਉਂਕਿ ਇਹ ਹੁਣ ਪਾਲੀ ਹੋਈ ਆ, ਅਸੀਂ ਇਹ ਐਵੇਂ ਵਾਰਾ ਇਹਨੂੰ ਛੱਡ ਨਹੀਂ ਸਕਦੇ ਕਿਉਂਕਿ ਇਹ ਰਹਿ ਨਹੀਂ ਸਕਦੀ। ਹੁਣ ਜਿਹੜੇ ਪੰਛੀ ਆਪਾਂ ਪਾਲ ਲੈਂਦੇ ਹਾਂ ਉਹਨਾਂ ਨੂੰ ਫਿਰ ਆਜ਼ਾਦ ਕਰ ਦਈਏ, ਫਿਰ ਉੱਡ ਨਹੀਂ ਪਾਉਂਦੇ ਹਵਾ 'ਚ, ਐਗਜਿਸਟ ਨਹੀਂ ਕਰ ਪਾਉਂਦੇ, ਉਹ ਸਰਵਾਈਵ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਨੂੰ ਫੂਡ ਸਭ ਕੁਝ ਦੀ ਆਦਤ ਪੈਂਦੀ ਆ ਆਪਣੇ ਇਨਵਾਇਰਮੈਂਟ 'ਚ ਰਹਿਣ ਦੀ। ਸੋ ਮੈਨੂੰ ਅਤੇ ਮੇਰੀ ਫੈਮਿਲੀ ਨੂੰ ਇਹੀ ਬੈਟਰ ਲੱਗਿਆ ਡਿਸੀਜਨ ਕਿ ਅਸੀਂ ਆਪਣੇ, ਮੇਰੀ ਫਰੈਂਡ ਹੈਗੀ ਆ ਉਹਨਾਂ ਘਰ 2 ਪੈਰਟ ਨੇ, ਉਹਨਾਂ ਕੋਲ ਛੱਡ ਆਈਏ ਇੱਕ ਹਫ਼ਤਾ। ਮੈਂ ਕਿਹਾ ਤੂੰ ਰੱਖ ਕੇ ਦੇਖ ਲਾ, ਜੇ ਤਾਂ ਸੈੱਟ ਹੋ ਗਈ, ਮੈਨੂੰ ਹੋਰ ਕੀ ਚਾਹੀਦਾ, ਉਹ ਖੁਸ਼ ਰਹੇ ਜਿੱਥੇ ਵੀ ਹੈ, ਫਿਰ ਮੈਂ ਉਹਨੂੰ ਦੇ ਆਵਾਂਗੀ, ਤੂੰ ਰੱਖ ਲਈ। ਜੇ ਨਹੀਂ ਉਹ ਸੈਟਿੰਗ ਆਈ ਫਿਰ ਮੈਂ ਆਪਣੇ ਕੋਲ ਦੁਬਾਰਾ ਲਿਆਊਂਗੀ ਅਤੇ ਮੈਂ ਇੱਕ ਹੋਰ ਪੈਰਟ ਲਿਆਊਂਗੀ। ਬਟ ਜਦੋਂ ਮੈਂ ਉਹਨੂੰ ਛੱਡ ਕੇ ਆਈ ਹਾਂ ਨਾ, ਉਸ ਦਿਨ ਉਹ ਵੀਡੀਓ ਮੈਂ ਸ਼ਾਇਦ ਪੋਸਟ ਵੀ ਕੀਤੀ ਸੀ, ਤੁਸੀਂ ਦੇਖ ਲੈਣਾ, 2 ਪੈਰਟ ਨੇ, ਉਹ ਉਹਨੂੰ ਮਿੱਠੂ ਸਮਝਣ ਲੱਗ ਗਈ ਅਤੇ ਉਹਨਾਂ ਨਾਲ ਜਾ ਕੇ ਖੁਸ਼ ਹੈ। ਅੱਜ ਵੀ ਮੈਂ ਉਹਦੇ ਨਾਲ ਵੀਡੀਓ ਕਾਲ 'ਤੇ ਗੱਲ ਕਰਦੀ ਹਾਂ, ਉਹ ਬਹੁਤ ਖੁਸ਼ ਹੈ, ਸਹੀ ਰਹਿ ਰਹੀ ਹੈ, ਮੈਨੂੰ ਬਸ ਇੰਨਾ ਹੀ ਬਹੁਤ ਹੈ। ਸੋ ਇਹੀ ਰੀਜ਼ਨ ਹੈ ਕਿ ਮੈਂ ਦੁਬਾਰਾ ਪੈਰਟਸ ਨਹੀਂ ਰੱਖ ਰਹੀ, ਬਹੁਤ ਜ਼ਿਆਦਾ ਔਖਾ ਹੁੰਦਾ, ਪਿਆਰ ਪੈ ਜਾਂਦਾ। ਸੋ ਮੈਂ ਨਹੀਂ ਹੁਣ ਦੁਬਾਰਾ ਰੱਖ ਸਕਦੀ ਪੈਰਟਸ। ਸੋ ਇਹ ਸੀ ਮੇਰੀ ਮਿੱਠੂ ਦੀ ਸਟੋਰੀ। ਬਹੁਤ ਟਾਈਮ ਤੋਂ ਮੈਂ ਸੋਚ ਰਹੀ ਸੀ ਤੁਹਾਡੇ ਨਾਲ ਸ਼ੇਅਰ ਕਰਾਂ, ਡਿਸਕਸ ਕਰਾਂ, ਰੋਜ਼ ਤੁਸੀਂ ਕਮੈਂਟ ਕਰਦੇ ਹੋ। ਸੋ ਫਾਈਨਲੀ ਅੱਜ ਇਸ ਟੋਪਿਕ 'ਤੇ ਮੈਂ ਵੀਡੀਓ ਬਣਾਈ ਹੈ। ਆਈ ਹੋਪ ਤੁਸੀਂ ਆਪਣੇ ਪੈਰਟਸ ਦਾ ਜਿੰਨਾ ਕੋਲ ਹੈਗੇ ਨੇ ਉਹ ਧਿਆਨ ਰੱਖੋ, ਜਾਨ ਨਾਲੋਂ ਵੱਧ ਕੇ ਹੀ ਰੱਖਦੇ ਹੋ, ਬਟ ਪ੍ਰੋਪਰ ਉਹਨਾਂ ਦੀ ਡਾਇਟ ਤੁਸੀਂ ਵੇਖੋ ਅਤੇ ਉਹੀ ਉਹਨਾਂ ਨੂੰ। ਸੋ ਗਾਈਜ਼, ਲੈਟ ਮੀ ਸ਼ੋ ਯੂ ਮਾਈ ਦਸਤਾਰ ਕਲੈਕਸ਼ਨ, ਆਪਾਂ ਸਟਾਰਟ ਕਰਦੇ ਹਾਂ। ਹੁਣ ਮੈਂ ਬਹੁਤ ਜ਼ਿਆਦਾ ਮਿਹਨਤ ਕਰਕੇ ਤਹਿ ਲਾਈਆਂ ਨੇ ਸਾਰੀਆਂ ਦਸਤਾਰਾਂ, ਅਤੇ ਤੁਸੀਂ ਵੀ ਦੇਖ ਸਕਦੇ ਹੋ ਪਿੱਛੇ, ਅਤੇ ਇਹ ਹੈ ਮੇਰੀ ਦਸਤਾਰ ਕਲੈਕਸ਼ਨ। ਅਤੇ ਸਭ ਤੋਂ ਪਹਿਲਾਂ ਆ ਗਈਆਂ ਆਪਣੇ ਕੋਲ ਮਿਕਸ, ਜਿਹਦੇ ਵਿੱਚ ਮੇਰੇ ਕੋਲ ਆ ਬਲੈਕ, ਮਹਿੰਦੀ, ਬਰਾਊਨ, ਆ ਲਾਈਟ ਸਕਿਨ ਕਲਰ ਜਿਹਨੂੰ ਆਪਾਂ ਪੁਲਸ ਵਾਲਾ ਕਲਰ ਵੀ ਕਹਿੰਦੇ ਹਾਂ, ਮਸਟਰਡ, ਦੈਨ ਵਾਈਟ ਕਲਰ। ਸੋ ਇਹ ਜਿਹੜੀਆਂ ਨੇ ਆਪਾਂ ਡੇਲੀ ਬਣਦੇ ਹਾਂ, ਬੇਸਿਕ ਕਲਰ ਨੇ ਜੋ ਆਪਾਂ ਮਿਕਸ ਜੀਆਂ ਨੇ, ਹੈ ਨਾ। ਸੋ ਹੋਰ ਵੀ ਮੇਰੇ ਕੋਲ ਨੇ 3-4 ਮੈਂ ਧੋਤੀਆਂ ਹੋਈਆਂ ਨੇ। ਸੋ ਇਹ ਮਿਕਸ ਨੇ, ਇਹ ਆਪਾਂ ਡੇਲੀ ਵੀ ਵੇਅਰ ਕਰ ਸਕਦੇ ਹਾਂ। ਨੈਕਸਟ ਜਿਹੜੀਆਂ ਨੇ ਉਹ ਮੇਰੇ ਕੋਲ ਬਲੂ ਕਲਰ ਦੇ ਵਿੱਚ ਨੇ, ਲਾਈਟ ਸਕਾਈ ਬਲੂ, ਨੇਵੀ ਬਲੂ, ਆਹ ਵੀ ਸੂਟ ਨਾਲ ਦੀ ਆ, ਆਹ ਰੋਇਲ ਬਲੂ ਕਲਰ, ਮੋਰ ਪੰਖੀਆ ਕਲਰ ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਬਲੂ ਦੇ ਵਿੱਚ ਇਹ ਨੇ ਮੇਰੇ ਕੋਲ। ਸੋ ਗਾਈਸ, ਗ੍ਰੀਨ ਦੇ ਵਿੱਚ ਮੇਰੇ ਕੋਲ ਆ ਗਈਆਂ ਬਹੁਤ ਸਾਰੀਆਂ ਵਰਾਇਟੀਆਂ, ਜਿਹਦੇ ਵਿੱਚ ਮੇਰੇ ਕੋਲ ਹੈ ਸੀ ਗ੍ਰੀਨ ਕਲਰ, ਡਾਰਕ ਮੂੰਗੀਆ ਕਲਰ, ਇਹਨੂੰ ਪਤਾ ਨਹੀਂ ਕਿਹੜਾ ਕਲਰ ਕਹਿੰਦੇ, ਇਹ ਵੀ ਗ੍ਰੀਨ ਵਿੱਚ ਹੀ ਆ, ਲਾਈਟ ਹੈ, ਸੀ ਗ੍ਰੀਨ ਤੋਂ ਥੋੜ੍ਹਾ ਜਿਹਾ ਡਾਰਕ ਹੈ, ਥੋੜ੍ਹਾ ਜਿਹਾ ਮਤਲਬ ਇਹ ਤੋਂ ਡਾਰਕ ਹੈ।
ਫਿਰ ਆ ਵੀ 19-20 ਦਾ ਫਰਕ ਹੈ, ਤੁਸੀਂ ਦੇਖ ਹੀ ਸਕਦੇ ਹੋ ਵੀ ਇਹ ਵੀ ਮੈਂ ਸੂਟ ਨਾਲ ਦਾ ਲਿਆ ਸੀ, ਦੈਨ ਆ ਫਿਰ ਮੂੰਗੀਆ ਕਲਰ ਆ ਗਿਆ। ਬਟ ਤੁਸੀਂ ਧਿਆਨ ਨਾਲ ਦੇਖੋਗੇ ਨਾ ਤਾਂ ਦੋਨਾਂ ਵਿੱਚ 19-21 ਦਾ ਫਰਕ ਹੈ, ਬਟ ਫਰਕ ਤਾਂ ਹੈ। ਬਹੁਤ ਸਾਰੇ ਕਲਰ ਆਉਂਦੇ ਨੇ ਜਿਹੜੇ ਸਿਮੀਲਰ ਦੇਖਣ ਨੂੰ ਲੱਗਦੇ ਬਟ ਸੂਟਾਂ ਨਾਲ ਕਈ ਵਾਰ ਨਹੀਂ ਮੈਚ ਹੁੰਦੇ, ਸੋ ਦੈਟਸ ਵਾਈ ਇਹ ਰੱਖੇ ਹੋਏ ਆ। ਦੈਨ ਆਪਣੇ ਕੋਲ ਆ ਗਿਆ, ਆ ਵੀ ਦੋਨੋਂ ਸਿਮੀਲਰ ਤੁਹਾਨੂੰ ਲੱਗ ਰਹੇ ਹੋਣਗੇ ਬਟ ਨੋ, ਇਹਦਾ ਵਿੱਚ ਵੀ ਬਹੁਤ ਫਰਕ ਹੈ। ਇਹ ਮੈਂ ਰੋਕੇ 'ਤੇ ਲਿਆ ਸੀ ਸੂਟ ਨਾਲ ਦਾ, ਸੋ ਇਹ ਵੀ ਸੂਟ ਨਾਲ ਦਾ ਆ। ਸੋ ਇਹ ਸੀ ਮੇਰੇ ਕੋਲ ਗ੍ਰੀਨ ਦੇ ਵਿੱਚ ਕਲੈਕਸ਼ਨ, ਤੁਸੀਂ ਕਾਊਂਟ ਆਪੇ ਕਰ ਲਿਓ, ਕਾਊਂਟ ਕਰਕੇ ਦੱਸੋ ਵੀ ਕਿੰਨੀਆਂ ਦਸਤਾਰਾਂ ਹੋ ਗਈਆਂ। ਜਿੰਨੇ ਸਹੀ ਜਵਾਬ ਦਿੱਤਾ ਕਮੈਂਟ ਵਿੱਚ ਉਹਨੂੰ ਆਪਾਂ ਉਹਦੀ ਪੋਸਟ ਪਾਵਾਂਗੇ ਆਪਾਂ, ਠੀਕ ਹੈ ਜੀ। ਮਤਲਬ ਇੱਕ ਪੋਸਟ ਸ਼ੇਅਰ ਕਰ ਦਾਂਗੇ ਅਤੇ ਉਹਦਾ ਅਕਾਊਂਟ ਮੈਨਸ਼ਨ ਕਰ ਦਾਂਗੇ ਵੀ ਇਸ ਅਕਾਊਂਟ ਨੂੰ ਫੋਲੋ ਕਰੋ। ਸੋ ਨੈਕਸਟ ਆ ਗਈ ਮੇਰੇ ਕੋਲ ਮਜੈਂਟਾ ਪਰਪਲ ਦੇ ਵਿੱਚ। ਸੋ ਪਰਪਲ ਦੇ ਵਿੱਚ ਮੇਰੇ ਕੋਲ ਲਾਈਟ ਪਰਪਲ, ਦੈਨ ਆ ਡਾਰਕ ਹੈ, ਫਿਰ ਇਹ ਉਸ ਥੋੜ੍ਹਾ ਜਿਹਾ ਲਾਈਟ ਹੈ ਬਟ ਸਿਮਿਲਰ ਹੈ। ਫਿਰ ਵੀ ਮੈਂ ਤੁਹਾਨੂੰ ਕਿਹਾ ਨਾ ਫਰਕ ਬਹੁਤ ਹੁੰਦਾ ਸੂਟਾਂ 'ਤੇ। ਆਹ ਬੇਬੀ ਪਿੰਕ ਆ ਗਿਆ, ਦੈਨ ਆ ਵੀ ਬੇਬੀ ਪਿੰਕ ਵਿੱਚ ਪੈਂਦਾ, ਆਹ ਪੀਚ ਥੋੜ੍ਹਾ ਜਿਹਾ ਕਹਿ ਲਓ ਪੀਚੀ ਜਿਹਾ ਪੈਂਦਾ ਹੈ। ਮਜੈਂਟਾ ਮੈਂ ਆਪਣੇ ਵਿਆਹ 'ਤੇ ਮੰਨਿਆ ਸੀ ਲਹਿੰਗੇ ਦੇ ਨਾਲ ਦਾ, ਮੈਰੂਨ ਅਤੇ ਇੱਕ ਡਾਰਕ ਮੈਰੂਨ ਜਿਹੜਾ ਮੈਂ ਹੁਣ ਵੇਅਰ ਕੀਤਾ ਹੋਇਆ। ਸੋ ਆਹ ਦੇਖ ਲਓ, ਇਹ ਸੀ ਮੇਰੀਆਂ ਕਲੈਕਸ਼ਨ। ਸੋ ਤੁਸੀਂ ਹੁਣ ਕਮੈਂਟ ਕਰਕੇ ਦੱਸੋ ਕਿੰਨੀਆਂ ਦਸਤਾਰਾਂ ਨੇ, ਅਤੇ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਕਰੋ, ਲਾਈਕ ਕਰੋ। ਸੋ ਮੈਂ ਬਹੁਤ ਮੁਸ਼ਕਿਲ ਨਾਲ ਤੈਅ ਲਾਈਆਂ ਨੇ, ਹੁਣ ਮੈਂ ਇਹਨਾਂ ਨੂੰ ਅਲਮਾਰੀ 'ਚ ਜਾ ਕੇ ਸਜਾਉਂਗੀ। ਅਤੇ ਗਾਈਜ਼, ਇਹ ਜਿੰਨੀਆਂ ਵੀ ਮੈਂ ਦਸਤਾਰਾਂ ਤੁਸੀਂ ਦੇਖੀਆਂ ਮੈਂ ਲਈਆਂ ਨੇ, ਇਹ ਮੈਂ ਲਈਆਂ 2.5-2.5 meter ਦੀਆਂ, ਕਿਉਂਕਿ ਬਰ ਜਿਹੜਾ ਹੈ ਨਾ ਇਹਦਾ ਚੌੜਾ ਹੁੰਦਾ ਇੰਨਾ, ਅਤੇ ਉਹਨੂੰ ਮੈਂ 2.5 meter 'ਚੋਂ ਹਾਫ ਕੱਟ ਕਰਕੇ ਜੋੜ ਪਾ ਕੇ 5 meter ਦੀ ਬਣਦੀ ਆ ਦਸਤਾਰ। ਸੋ ਇਹ ਸੀਗੀ ਮੇਰੇ ਕੋਲ ਦਸਤਾਰ ਦੀ ਕਲੈਕਸ਼ਨ, ਤੁਹਾਨੂੰ ਕਿਵੇਂ ਲੱਗੀ? ਦੈਟਸ ਦਾ ਐਂਡ ਆਫ ਦਾ ਵੀਡੀਓ ਗਾਈਜ਼, ਥੈਂਕ ਯੂ ਸੋ ਮੱਚ ਵਾਚਿੰਗ ਦਿਸ ਵੀਡੀਓ। ਬਹੁਤ ਸਾਰਾ ਪਿਆਰ ਦਿਓ ਇਸ ਚੈਨਲ ਨੂੰ, ਮੈਂ ਹੋਰ ਵੀ ਨਵੀਆਂ ਵੀਡੀਓ ਲੈ ਕੇ ਆਉਂਦੀ ਰਹੂੰਗੀ। ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿੱਦਾਂ ਦੀਆਂ ਵੀਡੀਓਜ਼ ਚਾਹੀਦੀਆਂ ਨੇ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮੱਚ ਫੋਰ ਵਾਚਿੰਗ ਦਿਸ ਵੀਡੀਓ, ਬਾਏ।